ਢਿੱਲੋਂ ਸਾਹਿਬ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚੋਂ ਪੋਲੀਟੀਕਲ ਪਾਰਟੀ ਨੇ ਦਿੱਲੀ ਦੇ ਵਿੱਚ 12/8/2020 ਨੂੰ ਜੰਤਰ ਮੰਤਰ ਦੇ ਆਮ ਆਦਮੀ ਪਾਰਟੀ ਨੇ ਧਰਨਾ ਲਗਾਇਆ। ਇਹ ਕੁਝ ਗਣਾਉਣ ਦੀਆਂ ਗੱਲਾਂ ਨਹੀਂ ਸੀਗੀਆਂ, ਪਰ ਇਹਨਾਂ ਨੇ ਬਹੁਤ ਫੌਜੀ ਹਰਕਤ ਨਾਲ ਇਹ ਸਵਾਲ ਪੁੱਛਿਆ ਤੇ ਜਵਾਬ ਦੇਣਾ ਬਣਦਾ। ਤੁਸੀਂ ਉਸ ਅਰਵਿੰਦ ਕੇਜਰੀਵਾਲ ਸਾਹਿਬ ਤੇ ਤੁਸੀਂ ਉਂਗਲ ਉਠਾ ਰਹੇ ਜਿਨ੍ਹਾਂ ਦੀ ਪਾਰਟੀ ਨੇ ਦਿੱਲੀ ਵਰਗੀ ਹਿੰਦੁਸਤਾਨ ਦਾ ਜਿਹੜਾ ਦਿਲ ਦਿੱਲੀ ਸਟੇਟ ਦੇ ਵਿੱਚ ਕਾਂਗਰਸ ਪਾਰਟੀ ਦਾ ਨਾਮੋ ਨਿਸ਼ਾਨ ਹੋਂਦ ਖਤਮ ਕਰਕੇ ਰੱਖਦੀ। 5/11/2020 ਨੂੰ ਇੱਕ ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਆਮ ਆਦਮੀ ਪਾਰਟੀ ਨੇ ਉੱਥੇ ਧਰਨਾ ਲਗਾਇਆ ਤੇ ਕਾਂਗਰਸ ਦੀ ਪਾਰਟੀ ਨੇ ਦੇਖਿਆ ਕਿ ਅਸੀਂ ਬਹੁਤ ਪਿੱਛੇ ਰਹਿ ਗਏ, ਅਸੀਂ ਤਾਂ ਕਿਸਾਨਾਂ ਨੂੰ ਕੀ ਜਵਾਬ ਦੇਵਾਂਗੇ, ਇੱਕ ਬਹੁਤ ਹੀ VIP ਧਰਨਾ ਲਗਾਇਆ। ਉਹ ਕਿੰਨੇ ਟਾਈਮ ਦਾ ਧਰਨਾ ਸੀ? 9.5 ਮਿੰਟ ਦਾ। ਮੈਂ ਚੈਲੰਜ ਕਰਦਾ ਕਿ ਕੋਈ ਨੋਟੀਫਿਕੇਸ਼ਨ ਦਿੱਲੀ ਸਰਕਾਰ ਵੱਲੋਂ ਜਾਰੀ ਨਹੀਂ ਕੀਤਾ ਗਿਆ, ਸਿਰਫ ਝੂਠੀਆਂ ਤੁਹਾਡੇ ਵਰਗੇ ਲੋਕਾਂ ਦੀਆਂ ਬਖਲਾਟ ਦੇ ਕਾਰਨ ਤੁਸੀਂ ਸਿਰਫ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਦੀਆਂ ਕੋਝੀਆਂ ਸਾਜ਼ਿਸ਼ਾਂ ਰਚ ਰਹੇ। ਕਿਆ ਪੰਜਾਬ ਦੇ ਵਿੱਚ ਮਾਈਨਿੰਗ ਮਾਫੀਆ, ਸੈਂਡ ਮਾਫੀਆ, ਟਰਾਂਸਪੋਰਟ ਮਾਫੀਆ, ਕੇਬਲ ਮਾਫੀਆ, ਗੈਂਗਸਟਰ ਕਿਆ ਖਤਮ ਕਰਤਾ? ਤੁਸੀਂ ਰੂਪਨਗਰ ਵਿਧਾਨ ਸਭਾ ਨੂੰ ਲੀਡ ਕਰ ਰਹੇ ਹੋ ਕਾਂਗਰਸ ਪਾਰਟੀ ਵੱਲੋਂ। ਮੈਂ ਚੈਲੰਜ ਕਰਦਾ, ਇੱਕ ਵੀ ਸਕੂਲ ਮੈਨੂੰ ਤੁਸੀਂ ਰੋਪੜ ਵਿਧਾਨ ਸਭਾ ਹਲਕੇ ਦੇ ਵਿੱਚ ਦੱਸ ਦੋ ਜਿਹੜਾ ਤੋਂ ਸਕੂਲ ਕਿਸੇ ਪ੍ਰਾਈਵੇਟ ਸਕੂਲ ਦਾ ਮੁਕਾਬਲਾ ਕਰਦਾ ਹੋਵੇ। ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਦੋਸਤੋ, 2 ਦਿਨ ਪਹਿਲਾਂ ਰੋਪੜ ਹਲਕੇ ਤੋਂ ਇਲੈਕਸ਼ਨ ਲੜ ਚੁੱਕੇ ਔਰ ਰੋਪੜ ਦੇ ਮੌਜੂਦਾ ਹਲਕਾ ਇੰਚਾਰਜ ਕਾਂਗਰਸ ਪਾਰਟੀ ਦੇ ਬਰਿੰਦਰ ਸਿੰਘ ਢਿੱਲੋਂ ਨੇ ਸ੍ਰੀ ਅਰਵਿੰਦ ਕੇਜਰੀਵਾਲ ਸਾਹਿਬ ਤੋਂ 10 ਸਵਾਲ ਪੁੱਛੇ ਸੀਗੇ, ਲਾਈਵ ਹੋ ਗਏ। ਮੈਂ ਉਹਨਾਂ ਦਾ ਜਵਾਬ ਦੇਣਾ ਚਾਹੁੰਦਾ ਢਿੱਲੋਂ ਸਾਹਿਬ ਨੂੰ। ਢਿੱਲੋਂ ਸਾਹਿਬ, ਤੁਸੀਂ ਉਸ ਸਰਕਾਰ ਤੇ, ਉਸ ਸਟੇਟ ਤੇ ਔਰ ਉੱਥੋਂ ਦੇ CM ਸ੍ਰੀ ਅਰਵਿੰਦ ਕੇਜਰੀਵਾਲ ਸਾਹਿਬ ਤੋਂ ਸਵਾਲ ਪੁੱਛ ਰਹੇ। ਸਵਾਲ ਪੁੱਛਣ ਤੋਂ ਪਹਿਲਾਂ ਇਹ ਜ਼ਰੂਰ ਸੋਚ ਲਓ, ਮੈਂ ਦੱਸਣਾ ਚਾਹੁੰਦਾ ਕਿ ਦਿੱਲੀ ਦੇ ਵਿੱਚ ਪਿਛਲੀਆਂ 2 ਵਿਧਾਨ ਸਭਾ ਇਲੈਕਸ਼ਨਾਂ ਦੇ ਵਿੱਚ ਕਾਂਗਰਸ ਪਾਰਟੀ ਦੀਆਂ ਕਿੰਨੀਆਂ ਸੀਟਾਂ ਨੇ ਉੱਥੇ। ਜੇ ਤੁਹਾਨੂੰ ਨਹੀਂ ਪਤਾ ਤਾਂ ਮੈਂ ਦੱਸ ਦਿੰਦਾ ਕਿ ਪਿਛਲੀਆਂ 2 ਵਿਧਾਨ ਸਭਾ ਇਲੈਕਸ਼ਨਾਂ ਦੇ ਵਿੱਚ ਕਾਂਗਰਸ ਪਾਰਟੀ ਦੀਆਂ ਜਿਹੜੀਆਂ ਸੀਟਾਂ ਨੇ ਉਹ 0 ਨੇ। ਲਿਖ ਲਓ ਇਹਨੂੰ, ਤੁਸੀਂ ਉਸ ਪਾਰਟੀ ਤੇ, ਤੁਸੀਂ ਉਸ ਅਰਵਿੰਦ ਕੇਜਰੀਵਾਲ ਸਾਹਿਬ ਤੇ ਤੁਸੀਂ ਉਂਗਲ ਉਠਾ ਰਹੇ ਜਿਨ੍ਹਾਂ ਦੀ ਪਾਰਟੀ ਨੇ ਦਿੱਲੀ ਵਰਗੀ ਹਿੰਦੁਸਤਾਨ ਦਾ ਜਿਹੜਾ ਦਿਲ ਦਿੱਲੀ ਸਟੇਟ ਦੇ ਵਿੱਚ ਕਾਂਗਰਸ ਪਾਰਟੀ ਦਾ ਨਾਮੋ ਨਿਸ਼ਾਨ ਹੋਂਦ ਖਤਮ ਕਰਕੇ ਰੱਖਤੀ। ਚਲੋ, ਤੁਸੀਂ ਸਵਾਲ ਪੁੱਛਿਆ, ਮੈਂ ਜਵਾਬ ਤੁਹਾਨੂੰ ਦੇਣਾ ਵੀ ਬਣਦਾ ਤੇ ਜਵਾਬ ਦੇ ਰਿਹਾ। ਪਹਿਲਾ ਸਵਾਲ ਤੁਹਾਡਾ ਇਹ ਸੀਗਾ ਕਿ ਆਮ ਆਦਮੀ ਪਾਰਟੀ ਨੇ ਕਾਲੇ ਕਾਨੂੰਨਾਂ ਵਾਸਤੇ ਜਾਂ ਫਾਰਮਰਸ ਜਿਹੜੇ ਕਾਲੇ ਬਿੱਲ ਕਾਨੂੰਨ ਜਿਹੜੇ ਆਪਾਂ ਕਹਿੰਦੇ ਆ ਕਿ ਇਹ, ਇਹਨਾਂ ਬਾਰੇ ਆਮ ਆਦਮੀ ਪਾਰਟੀ ਨੇ ਕੀ ਕੀਤਾ ਫਾਰਮਰਸ ਲਈ? ਸਭ ਤੋਂ ਪਹਿਲਾਂ ਮੈਂ ਕਿਸਾਨ ਭਰਾਵਾਂ ਤੋਂ ਔਰ ਪੰਜਾਬ ਦੇ ਲੋਕਾਂ ਤੋਂ ਮਾਫੀ ਮੰਗਦਾ। ਇਹ ਕੁਝ ਗਣਾਉਣ ਦੀਆਂ ਗੱਲਾਂ ਨਹੀਂ ਸੀਗੀਆਂ, ਪਰ ਇਹਨਾਂ ਨੇ ਬਹੁਤ ਫੌਜੀ ਹਰਕਤ ਨਾਲ ਇਹ ਸਵਾਲ ਪੁੱਛਿਆ ਤੇ ਜਵਾਬ ਦੇਣਾ ਬਣਦਾ। ਪਹਿਲਾਂ ਮੈਂ ਫਿਰ ਦੁਬਾਰੇ ਮਾਫੀ ਮੰਗਦਾ ਕਿ ਇਹ ਗੱਲਾਂ ਗਣਾਉਣ ਵਾਲੀਆਂ ਨਹੀਂ ਸੀਗੀਆਂ ਕਿ ਅਸੀਂ ਕੀ ਕੀਤਾ ਕਿਸਾਨਾਂ ਵਾਸਤੇ, ਕਿਉਂਕਿ ਮੈਂ ਵੀ ਕਿਸਾਨ ਦਾ ਪੁੱਤ ਆ। ਅਸੀਂ ਹਮੇਸ਼ਾ ਕਿਸਾਨਾਂ ਦੇ ਨਾਲ ਖੜੇ ਆ, ਖੜੇ ਸੀ, ਖੜੇ ਹਾਂ ਔਰ ਖੜੇ ਰਹਾਂਗੇ ਮਰਦੇ ਦਮ ਤੱਕ। ਗੱਲ ਆ ਗਈ ਸਵਾਲ ਦੇ ਜਵਾਬ ਦੀ। ਢਿੱਲੋਂ ਸਾਹਿਬ, ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚੋਂ ਪੋਲੀਟੀਕਲ ਪਾਰਟੀ ਨੇ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਕਿਹੋ ਜਿਹੀ ਪਾਰਟੀ ਸੀ ਜਿਹਨੇ ਦਿੱਲੀ ਦੇ ਵਿੱਚ ਜੰਤਰ ਮੰਤਰ ਤੇ, ਮੈਂ ਤੁਹਾਨੂੰ ਸ਼ਾਇਦ ਡੇਟ ਵੀ ਦੱਸ ਦਿੰਦਾ ਕਿ 12/8/2020 ਨੂੰ ਜੰਤਰ ਮੰਤਰ ਤੇ ਆਮ ਆਦਮੀ ਪਾਰਟੀ ਨੇ ਧਰਨਾ ਲਗਾਇਆ ਇਹ ਜਿਹੜੇ ਕਾਲੇ ਕਾਨੂੰਨ ਇਹਨਾਂ ਦੇ ਖਿਲਾਫ। ਔਰ ਉਸ ਜੰਤਰ ਮੰਤਰ ਧਰਨੇ ਦੇ ਮੈਂ ਖੁਦ ਵੀ ਮੌਜੂਦ ਸੀਗਾ ਔਰ ਸ੍ਰੀ ਅਰਵਿੰਦ ਕੇਜਰੀਵਾਲ ਸਾਹਿਬ ਤੋਂ ਲੈ ਕੇ ਪੰਜਾਬ ਦੇ ਸਾਰੇ MLA ਔਰ ਦਿੱਲੀ ਦੇ ਸਾਰੇ MLA ਸਾਹਿਬਾਨ, ਮੰਤਰੀ ਔਰ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਸਾਡੇ ਜਿਹੜੇ ਵਰਕਰ ਉੱਥੇ ਹਾਜ਼ਰ ਸਨ। ਉਸ ਤੋਂ ਬਾਅਦ
ਤੁਹਾਡੀ ਕਾਂਗਰਸ ਪਾਰਟੀ ਨੇ ਮੇਰੇ ਹਿਸਾਬ ਦੇ ਨਾਲ 2 ਮਹੀਨੇ ਬਾਅਦ ਜਾਂ ਹਾਂ 5/11/20 ਨੂੰ 2020 ਨੂੰ ਇੱਕ ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਆਮ ਆਦਮੀ ਪਾਰਟੀ ਨੇ ਉੱਤੇ ਧਰਨਾ ਲਗਾਇਆ ਤੇ ਕਾਂਗਰਸ ਦੀ ਪਾਰਟੀ ਨੇ ਦੇਖਿਆ ਕਿ ਅਸੀਂ ਬਹੁਤ ਪਿੱਛੇ ਰਹਿ ਗਏ, ਅਸੀਂ ਤਾਂ ਕਿਸਾਨਾਂ ਨੂੰ ਕੀ ਜਵਾਬ ਦੇਵਾਂਗੇ, ਇੱਕ ਬਹੁਤ ਹੀ VIP ਧਰਨਾ ਲਗਾਇਆ। ਉਹ ਕਿੰਨੇ ਟਾਈਮ ਦਾ ਧਰਨਾ ਸੀ? 9.5 ਮਿੰਟ ਦਾ। ਦਿੱਲੀ ਦੇ ਵਿੱਚ ਤੁਸੀਂ ਟਾਈਮ ਚੈੱਕ ਕਰ ਲਿਓ, 9.5 ਮਿੰਟ ਕੈਪਟਨ ਅਮਰਿੰਦਰ ਸਿੰਘ ਨੇ ਧਰਨਾ ਲਗਾਇਆ। ਮੈਂ ਕਹਿ ਸਕਦਾ ਕਿ ਹਿੰਦੁਸਤਾਨ ਦਾ ਸਭ ਤੋਂ ਛੋਟਾ ਧਰਨਾ ਹੋਵੇਗਾ, ਸਿਰਫ ਇੱਕ ਡਰਾਮੇਬਾਜ਼ੀ ਕਰਨ ਦੀ ਖਾਤਰ। ਔਰ ਆਮ ਆਦਮੀ ਪਾਰਟੀ ਨੇ ਕੀ ਕੀਤਾ? ਫਿਰ ਮੈਂ ਫਿਰ ਵਾਰ ਵਾਰ ਮਾਫੀ ਮੰਗਦਾ, ਕੀਤਾ ਕੁਛ ਨਹੀਂ ਹੈ। ਸਾਡਾ ਫਰਜ਼ ਸੀ, ਸਾਡੀ ਡਿਊਟੀ ਬਣਦੀ, ਔਰ ਸਾਡਾ ਇਹ ਜਿਹੜਾ ਸਾਡਾ ਕਰਨਾ ਬਣਦਾ, ਅਸੀਂ ਆਪਣੇ ਆਪ ਲਈ ਕਰ ਰਹੇ ਹਾਂ, ਕਿਉਂਕਿ ਕਿਸਾਨ ਵੀ ਸਾਡੇ ਭਰਾ ਨੇ ਤੇ ਅਸੀਂ ਖੁਦ ਕਿਸਾਨ ਹਾਂ। ਸ੍ਰੀ ਗੁਰੂ ਤੇਗ ਬਹਾਦਰ ਮੈਮੋਰੀਅਲ ਜਿਹੜਾ ਸਿੰਘੂ ਬਾਰਡਰ ਦੇ ਕੋਲ ਹੈ, ਉੱਥੇ ਤੁਰੰਤ ਲੰਗਰ ਦੀ ਸੇਵਾ ਚਲਾਈ ਗਈ ਪਾਰਟੀ ਵੱਲੋਂ। ਸੈਕਿੰਡ, ਟੋਇਲਟਸ ਦਾ ਪ੍ਰਬੰਧ ਕੀਤਾ ਗਿਆ, ਪਾਣੀ ਦਾ ਪ੍ਰਬੰਧ ਕੀਤਾ ਗਿਆ, ਨਹਾਉਣ ਦਾ ਪ੍ਰਬੰਧ ਕੀਤਾ ਗਿਆ, ਜਿੰਨੀ ਵੀ ਸਮਰੱਥਾ ਸੀ ਕੇਜਰੀਵਾਲ ਸਾਹਿਬ ਨੇ ਤੁਰੰਤ ਕੀਤੀ। ਵਾਈਫਾਈ ਫ੍ਰੀ ਕੀਤਾ ਗਿਆ। ਉਸ ਤੋਂ ਬਾਅਦ ਕੇਂਦਰ ਸਰਕਾਰ ਨੇ, ਦਿੱਲੀ ਦੀ ਪੁਲਿਸ ਨੇ ਸਾਨੂੰ ਕਿਹਾ ਕਿ ਤੁਸੀਂ ਬੱਸਸ ਵਗੈਰਾ ਦਿਓ, ਕੇਜਰੀਵਾਲ ਸਾਹਿਬ ਨੇ ਬੱਸਾਂ ਉਹਨਾਂ ਨੂੰ ਨਹੀਂ ਦਿੱਤੀਆਂ ਸਰਕਾਰੀ। ਉਸ ਤੋਂ ਬਾਅਦ ਕੇਂਦਰ ਨੇ ਦਬਾਅ ਬਣਾਇਆ ਕਿ ਕੇਜਰੀਵਾਲ ਸਾਹਿਬ ਤੁਸੀਂ ਸਟੇਡੀਅਮ ਦੇ ਦੋ ਖੁੱਲੀਆਂ ਜੇਲਾਂ ਬਣਾਉਣ ਨੂੰ, ਤਾਂ ਅਰਵਿੰਦ ਕੇਜਰੀਵਾਲ ਸਾਹਿਬ ਨੇ ਠੋਕ ਕੇ, ਇੱਕ ਠੋਕ ਕੇ ਕੇਂਦਰ ਸਰਕਾਰ ਨੂੰ ਜਵਾਬ ਦਿੱਤਾ ਕਿ ਅਸੀਂ ਕਿਸਾਨਾਂ ਲਈ ਸਟੇਡੀਅਮ ਨੂੰ ਜੇਲਾ ਨਹੀਂ ਬਣ ਦਵਾਂਗੇ। ਜਿਸ ਦੇ ਨਤੀਜੇ ਵਜੋਂ ਉਹਨਾਂ ਟਾਈਮ ਦੇ ਵਿੱਚ ਹੀ ਦਿੱਲੀ ਦੀ ਪੁਲਿਸ ਨੇ ਸ੍ਰੀ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਘਰ ਦੇ ਵਿੱਚ ਹੀ ਕੈਦ ਕਰ ਦਿੱਤਾ। ਸੋ ਇਹ ਗੱਲਾਂ ਗਿਣਾਉਣ ਦੀਆਂ ਨਹੀਂ ਸੀ, ਤੁਸੀਂ ਸਵਾਲ ਕੀਤਾ, ਇਸ ਕਰਕੇ ਮੈਂ ਜਵਾਬ ਦੇ ਰਿਹਾ। ਸੈਕਿੰਡ ਗੱਲ, ਤੁਸੀਂ ਕਹਿੰਦੇ ਕਿ ਦਿੱਲੀ ਦੀ ਸਰਕਾਰ ਨੇ ਕਿ ਕਾਲੇ ਤਿੰਨੇ ਕਾਨੂੰਨ ਪਾਸ ਕੀਤੇ। ਢਿੱਲੋਂ ਸਾਹਿਬ, ਚੈਲੰਜ ਕਰਦਾ, ਕਿਸੇ ਵੀ ਕਾਨੂੰਨ ਨੂੰ ਪਾਸ ਕਰਨ ਲਈ ਪਹਿਲਾਂ ਗਜ਼ਟਡ ਨੋਟੀਫਿਕੇਸ਼ਨ ਜਾਰੀ ਕਰਨਾ ਪੈਂਦਾ ਕਿਸੇ ਵੀ ਸੂਬੇ ਦੀ ਸਰਕਾਰ ਨੂੰ। ਮੈਂ ਓਪਨ ਚੈਲੰਜ ਕਰਦਾ, ਤੁਸੀਂ 10 ਦਿਨ ਲੈ ਲਓ, 15 ਦਿਨ ਲੈ ਲਓ, ਕਿਸੇ ਵੀ ਮੀਡੀਆ ਤੇ ਜਾਂ ਲਾਈਵ ਹੋ ਗਏ, ਤੁਸੀਂ ਨੋਟੀਫਿਕੇਸ਼ਨ, ਦਿੱਲੀ ਸਰਕਾਰ ਦਾ ਗਜ਼ਟਡ ਨੋਟੀਫਿਕੇਸ਼ਨ ਦੀ ਕਾਪੀ ਅਗਰ ਮੀਡੀਆ ਦੇ ਵਿੱਚ ਦਿਖਾ ਦੋਗੇ ਤਾਂ ਅਸੀਂ ਤੁਹਾਡੀ ਗੱਲ ਮੰਨਣ ਨੂੰ ਤਿਆਰ ਹਾਂ। ਜੇ ਅਗਰ ਤੁਸੀਂ ਨਹੀਂ ਨੋਟੀਫਿਕੇਸ਼ਨ ਦਿਖਾ ਸਕਦੇ ਤਾਂ ਪੂਰੇ ਮੀਡੀਆ ਦੇ ਵਿੱਚ ਔਰ ਅਰਵਿੰਦ ਕੇਜਰੀਵਾਲ ਸਾਹਿਬ ਤੋਂ ਮਾਫੀ ਮੰਗੋਗੇ। ਮੈਂ ਚੈਲੰਜ ਕਰਦਾ ਕਿ ਕੋਈ ਨੋਟੀਫਿਕੇਸ਼ਨ ਦਿੱਲੀ ਸਰਕਾਰ ਵੱਲੋਂ ਜਾਰੀ ਨਹੀਂ ਕੀਤਾ ਗਿਆ, ਸਿਰਫ ਝੂਠੀਆਂ ਤੁਹਾਡੇ ਵਰਗੇ ਲੋਕਾਂ ਦੀਆਂ ਬਖਲਾਟ ਦੇ ਕਾਰਨ ਤੁਸੀਂ ਸਿਰਫ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਦੀਆਂ ਕੋਝੀਆਂ ਸਾਜ਼ਿਸ਼ਾਂ ਰਚ ਰਹੇ ਨੇ। ਇਹ ਮੇਰਾ ਜਿਹੜਾ ਚੈਲੰਜ ਐਕਸੈਪਟ ਕਰਿਓ ਨੋਟੀਫਿਕੇਸ਼ਨ ਵਾਲਾ। ਉਸ ਤੋਂ ਬਾਅਦ ਜਿਹੜਾ ਤੁਸੀਂ ਕੁਐਸਚਨ ਪੁੱਛਿਆ ਕਿ ਐਜੂਕੇਸ਼ਨ ਦੀ ਗੱਲ ਕਰੀਏ, ਐਜੂਕੇਸ਼ਨ ਦਾ ਪੂਰੇ ਹਿੰਦੁਸਤਾਨ ਨਹੀਂ, ਪੂਰੀ ਦਿੱਲੀ, ਪੂਰੀ ਦੁਨੀਆਂ ਦੇ ਵਿੱਚ ਅੱਜ ਸ੍ਰੀ ਅਰਵਿੰਦ ਕੇਜਰੀਵਾਲ ਸਾਹਿਬ ਦਾ ਜਿਹੜਾ ਐਜੂਕੇਸ਼ਨ ਮਾਡਲ ਹੈ ਸਕੂਲਾਂ ਦਾ, ਪੂਰੇ ਦੁਨੀਆਂ ਦੇ ਵਿੱਚ ਗੱਲ ਹੋ ਰਹੀ। ਆਸਟ੍ਰੇਲੀਆ, ਕੈਨੇਡਾ, USA, ਨਿਊਜ਼ੀਲੈਂਡ ਦੇ ਲੀਡਰ ਦਿੱਲੀ ਦੇ ਸਕੂਲ ਦੇਖਣ ਲਈ ਸਪੈਸ਼ਲ ਆ ਰਹੇ ਨੇ, ਦਿੱਲੀ ਦੇ ਸਕੂਲ ਨੂੰ ਦੇਖ ਕੇ ਖੁਸ਼ ਹੋਏ ਨੇ, ਤੇ ਉਹਨਾਂ ਨੇ ਆਪਣੇ ਆਪਣੇ ਜਵਾਬ ਦਿੱਤੇ ਨੇ ਕਿ ਅਸੀਂ ਵੀ ਇਹੋ ਜਿਹੇ ਸਕੂਲ ਆਪਣੇ ਦੇਸ਼ਾਂ ਦੇ ਵਿੱਚ ਬਣਾਉਣਾ ਚਾਹੁੰਦੇ ਨੇ। ਔਰ ਦੂਸਰੇ ਪਾਸੇ ਪੰਜਾਬ ਦੇ, ਪਹਿਲਾ ਜਵਾਬ ਦੇ ਦਿਓ, ਚੱਲਦੇ ਸਕੂਲ ਪੰਜਾਬ ਦੇ ਵਿੱਚ 800+ ਸਕੂਲ ਜਿਹੜੇ ਕੈਪਟਨ ਅਮਰਿੰਦਰ ਸਿੰਘ ਨੇ ਬੰਦ ਕੀਤੇ, ਇਸ ਦਾ ਵੀ ਜਵਾਬ ਤੁਸੀਂ ਦੇ ਦਿਓ। ਸੈਕਿੰਡ, ਜਿਹੜੀ ਤੁਸੀਂ ਰਿਪੋਰਟ ਚੱਕੀ ਫਿਰਦੇ ਹੋ ਮੋਦੀ ਸਾਹਿਬ ਦੀ, ਇਹ ਪੰਜਾਬ ਦੇ ਵਿੱਚ ਹਰ ਇੱਕ ਨੂੰ ਪਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਜਾ ਰਹੀ। ਪੰਜਾਬ ਦੇ ਵਿੱਚ ਮੋਦੀ ਨੇ ਕੈਪਟਨ ਅਮਰਿੰਦਰ ਸਿੰਘ ਨਾਲ ਜਿਵੇਂ ਦੋਸਤੀ ਨਿਭਾ ਰਿਹਾ, ਉਹ ਹਰ ਇੱਕ ਨੂੰ ਪਤਾ, ਉਹ ਕਿਸੇ ਤੋਂ ਛਿਪੀ ਨਹੀਂ ਹੋਈ ਗੱਲ। ਇਹ ਜਿਹੜੀ ਰਿਪੋਰਟ ਸੀ ਕਈ ਤੱਥਾਂ ਦੇ ਆਧਾਰ ਤੇ ਸੀ। ਉਸ ਰਿਪੋਰਟ ਨੂੰ ਚੰਗੀ ਤਰ੍ਹਾਂ ਨਿਗਾਹ ਮਾਰਿਓ ਢਿੱਲੋਂ ਸਾਹਿਬ, ਉਸ ਦੇ ਵਿੱਚ ਐਜੂਕੇਸ਼ਨ ਕੁਆਲਿਟੀ ਉਹ 27th ਰੈਂਕ ਦਿੱਤਾ ਗਿਆ, ਹੁਣ 27ਵੇਂ ਰੈਂਕ ਤੇ ਆ ਪੂਰੇ ਇੰਡੀਆ ਦੇ ਵਿੱਚ ਜਿਹੜੀ ਪੰਜਾਬ ਦੀ ਐਜੂਕੇਸ਼ਨ ਕੁਆਲਿਟੀ ਹੈ। ਇਹ ਮੈਂ ਨਹੀਂ ਕਹਿ ਰਿਹਾ, ਇਹ ਜਿਹੜੀ ਮੋਦੀ ਸਾਹਿਬ ਦੀ ਰਿਪੋਰਟ ਹੈ ਉਹਦੇ ਵਿੱਚ ਤੁਸੀਂ ਐਜੂਕੇਸ਼ਨ ਕੁਆਲਿਟੀ ਦਾ ਰੈਂਕ ਪੰਜਾਬ ਦਾ 27ਵਾਂ ਇੰਡੀਆ ਦੇ ਵਿੱਚ, ਇਹ ਤੁਸੀਂ ਉਸੇ ਰਿਪੋਰਟ ਦੇ ਵਿੱਚ ਲਿਖਿਆ ਹੋਇਆ, ਚੰਗੀ ਤਰ੍ਹਾਂ ਨਿਗਾਹ ਮਾਰ ਲਿਓ। ਜਿਹੜੀ ਤੁਸੀਂ ਫਾਸਟ ਦੀ ਗੱਲ ਕਰੇ, ਇਹ ਉਹਦੇ ਵਿੱਚ ਕਈ ਜਿਹੜੇ ਉਹਨਾਂ ਨੂੰ ਬਣਾਏ ਇਨਫਰਾਸਟ੍ਰਕਚਰ, ਸਟਾਫ ਕਿਵੇਂ, ਸਫਾਈ ਹੈ, ਸਾਰਾ ਕੁਛ ਜੋ ਵੀ ਹੈ, ਇਹ ਮੈਂ ਕਹਿੰਦਾ ਕਿ ਇਸ ਤੋਂ ਕੋਝਾ ਮਜ਼ਾਕ ਕੀ ਹੋ ਸਕਦਾ ਕਿ ਦਿੱਲੀ ਦੇ ਸਕੂਲ ਦੀ ਜਿੱਥੇ ਦੁਨੀਆਂ ਦੇ ਵਿੱਚ ਗੱਲ ਹੋ ਰਹੀ, ਔਰ ਪੰਜਾਬ ਦੇ ਸਿਰਫ ਜਿੱਥੇ 100 ਜਾਂ 50 ਲੀਟਰ ਪੇਂਟ ਲੈ ਕੇ ਰੰਗ ਕਰਕੇ ਸਮਾਰਟ ਸਕੂਲ ਲਿਖ ਕੇ ਗੇਟਾਂ ਤੇ, ਉਹ ਸਕੂਲ ਨੇ। ਔਰ ਚੈਲੰਜ, ਤੁਸੀਂ ਰੂਪਨਗਰ ਵਿਧਾਨ ਸਭਾ ਨੂੰ
लीड कर रहे हो कांग्रेस पार्टी वालों, मैं चैलेंज करदा एक भी स्कूल मैनू तुसी रोपड़ विधानसभा हल्के दे विच दस दो जिहड़ा तो स्कूल किसी प्राइवेट स्कूल का मुकाबला करदा होवे। ठीक है जी, उस तो बाद मैं तुहानू दिल्ली लै जांगा, दस बंदे रोपड़ हल्के दे होर लै जांगे, एक स्कूल दिल्ली का दिखावांगे, एक तुसी रोपड़ जिले दे मैनू विच स्कूल दिखा दो। ठीक है जी, ਇਹ ਬਿਲਕੁਲ ਸਰਾਸਰ ਝੂਠ ਹੈ ਜਿਹਦੇ ਨਾਲ ਕੋਈ ਸੋਚ ਹੀ ਨਹੀਂ ਸਕਦਾ ਕਿ ਇਹ ਪੰਜਾਬ ਦੇ ਸਕੂਲਾਂ ਦਾ ਮੁਕਾਬਲਾ ਦਿੱਲੀ ਦੇ ਸਕੂਲਾਂ ਨਾਲ ਨਹੀਂ ਕਰ ਸਕਦੇ। ਦਿੱਲੀ ਦੇ ਸਕੂਲਾਂ ਦੇ ਵਿੱਚ ਸਵਿਮਿੰਗ ਪੂਲ, ਦਿੱਲੀ ਦੇ ਸਕੂਲਾਂ ਦੇ ਵਿੱਚ ਸਟੇਡੀਅਮ, ਦਿੱਲੀ ਦੇ ਸਕੂਲਾਂ ਦੇ ਵਿੱਚ ਖਾਣ ਪੀਣ ਦਾ ਬੱਚਿਆਂ ਨੂੰ ਪ੍ਰਬੰਧ, ਦਿੱਲੀ ਦੇ ਸਕੂਲਾਂ ਦੇ ਸਰਕਾਰੀ ਸਕੂਲਾਂ ਦੇ ਬੱਚੇ IIT ਦੇ ਵਿੱਚ ਜਾ ਰਹੇ। ਤੁਸੀਂ ਰੋਪੜ ਜ਼ਿਲ੍ਹੇ ਦੇ ਵਿੱਚ ਮੈਨੂੰ ਸਰਕਾਰੀ ਸਕੂਲ ਦਾ ਪਿਛਲੇ 4.5 ਸਾਲਾਂ ਦੇ ਵਿੱਚ ਇੱਕ ਸਟੂਡੈਂਟ ਦੱਸ ਦੋ ਜਿਹਨੇ IIT ਦੇ ਵਿੱਚ ਤੁਸੀਂ ਭੇਜਿਆ ਹੋਵੇ ਰੋਪੜ ਜ਼ਿਲ੍ਹੇ ਦੇ ਵਿੱਚੋਂ। ਇਸ ਕਰਕੇ ਐਡੀ ਵੱਡੀ ਸ਼ਖਸੀਅਤ ਔਰ ਜਿਨ੍ਹਾਂ ਦਾ ਪੂਰੇ ਵਾਰਡ ਦੇ ਵਿੱਚ ਅੱਜ ਨਾਮ ਹੈ, ਉਹਨਾਂ ਤੋਂ ਕੁਐਸਚਨ ਪੁੱਟ ਕਰਨ ਤੋਂ ਪਹਿਲਾਂ ਜ਼ਰੂਰ ਕੁਝ ਸੋਚਿਆ ਕਰੋ। ਉਸ ਤੋਂ ਬਾਅਦ ਤੁਸੀਂ ਇੱਕ ਕੁਐਸਚਨ ਪੁੱਟ ਕੀਤਾ ਹਸਪੀਟਲ ਦਾ, ਸੋਰੀ ਕੋਵਿਡ ਦਾ। ਬਰਿੰਦਰ ਸਿੰਘ ਢਿੱਲੋਂ ਸਾਹਿਬ, ਤੁਸੀਂ ਬਿਲਕੁਲ ਸਰਾਸਰ ਝੂਠ ਬੋਲ ਰਹੇ ਹੋ। ਤੁਸੀਂ ਕੈਪਟਨ ਅਮਰਿੰਦਰ ਸਿੰਘ ਜਿਵੇਂ ਝੂਠ ਬੋਲ ਰਿਹਾ ਗੁਟਕਾ ਸਾਹਿਬ ਦੀ ਸੌਂਹ ਖਾ ਗਏ, ਐਵੇਂ ਤੁਸੀਂ ਲੋਕਾਂ ਨੂੰ ਬੇਵਕੂਫ ਬਣਾਉਣ ਦਾ ਡਰਾਮੇਬਾਜ਼ੀ ਤੁਸੀਂ ਖੁਦ ਕਰ ਰਹੇ ਹੋ। ਮੈਂ ਤੁਹਾਡੇ ਨੌਲੇਜ ਲਈ ਦੱਸਣ ਲੱਗਿਆ, ਤੱਥਾਂ ਦੇ ਆਧਾਰ ਤੇ ਦੱਸਣ ਲੱਗਿਆ ਕਿ ਜਿਹੜਾ ਦਿੱਲੀ ਦਾ ਜਿਹੜਾ ਏਰੀਆ ਹੈ ਉਹ 1486 ਸਕੇਅਰ ਕਿਲੋਮੀਟਰ ਦਾ ਹੈ ਔਰ ਆਬਾਦੀ ਜਿਹੜੀ ਦਿੱਲੀ ਦੀ ਹੈ ਉਹ 2.25 ਕਰੋੜ ਦੇ ਕਰੀਬ ਹੈ। ਉਧਰ ਦੂਸਰੀ ਸਾਈਡ ਪੰਜਾਬ ਹੈ, ਪੰਜਾਬ ਦਾ ਜਿਹੜਾ ਏਰੀਆ ਹੈ 50,362 ਸਕੇਅਰ ਕਿਲੋਮੀਟਰ ਦਾ ਹੈ ਔਰ ਜਿਹੜੀ ਆਬਾਦੀ ਹੈ 3.75 ਕਰੋੜ ਦੇ ਵਿੱਚ ਹੈ। ਤੁਸੀਂ ਹੁਣ ਆਪਣੇ ਆਪ ਇਹਨਾਂ ਦੋਨਾਂ ਆਂਕੜੇ ਦੇਖ ਸਕਦੇ ਕਿੰਨਾ ਡਿਫਰੈਂਸ ਹੈ, ਕਿੰਨਾ ਏਰੀਆ ਘੱਟ ਹੈ। ਕੋਰੋਨਾ ਉੱਥੇ ਫੈਲਦਾ ਜਿੱਥੇ ਕੰਜਸਟਡ ਏਰੀਆ ਹੋਵੇ, ਭੀੜ ਭੜੱਕੇ ਵਾਲੇ ਏਰੀਏ ਦੇ ਵਿੱਚ ਕੋਰੋਨਾ ਜਿਹੜਾ ਜ਼ਿਆਦਾ ਫੈਲਦਾ। ਜੇ ਇਹ ਲੌਜਿਕ ਵੀ ਸਮਝ ਨਾ ਆਇਆ ਤਾਂ ਪਲੀਜ਼ ਕਿਸੇ ਵਧੀਆ MBBS ਡਾਕਟਰ ਦੇ ਕੋਲ ਜਾ ਕੇ ਤੁਸੀਂ ਇਹਦਾ ਪੁੱਛਦੇ ਕਿ ਕੋਰੋਨਾ ਫੈਲਣ ਦੇ ਕਾਰਨ ਕੀ ਹੁੰਦੇ ਨੇ। ਉਸ ਤੋਂ ਬਾਅਦ ਆਕਸੀਜਨ ਦੀ ਗੱਲ ਕੀਤੀ, ਮੈਂ ਕਹਿੰਦਾ ਕਿ ਹਾਂ ਜਦੋਂ ਇਕਦਮ ਕੋਰੋਨਾ ਦੇ ਕੇਸ ਵਧੇ ਦਿੱਲੀ ਦੇ ਵਿੱਚ, ਵਧਣੇ ਸੀ ਕਿਉਂਕਿ ਇੰਨਾ ਭੀੜ ਭੜੱਕੇ ਵਾਲਾ ਏਰੀਆ ਸੀ ਔਰ ਸੈਕੰਡ ਵੇਵ ਸੀ, ਕੋਰੋਨਾ ਆਕਸੀਜਨ ਦੀ ਘਾਟ ਆਈ। ਜਦੋਂ ਆਕਸੀਜਨ ਦੀ ਘਾਟ ਆਈ ਤੁਰੰਤ ਕੇਜਰੀਵਾਲ ਸਾਹਿਬ ਨੇ ਸੈਂਟਰ ਗਵਰਨਮੈਂਟ ਤੋਂ ਪਰਮਿਸ਼ਨ ਮੰਗੀ ਆਪਣੇ ਆਕਸੀਜਨ ਦੇ ਪਲਾਂਟ ਲਗਾਉਣ ਵਾਸਤੇ PSA, ਪਰ ਟਾਈਮ ਸਿਰ ਸਾਨੂੰ ਪਰਮਿਸ਼ਨ ਨਹੀਂ ਦਿੱਤੀਆਂ ਗਈਆਂ। ਔਰ ਮੈਂ ਕਹਿੰਦਾ ਕਿ ਇਹੋ ਜਿਹਾ ਮੁੱਖ ਮੰਤਰੀ ਹਰ ਸੂਬੇ ਨੂੰ ਮਿਲਣਾ ਚਾਹੀਦਾ। ਜਦੋਂ ਮੇਰੇ ਸੂਬੇ ਤੇ ਮੇਰੇ ਕੋਈ ਭਾਰੀ ਆ ਗਈ, ਮੈਨੂੰ ਲੋਕਾਂ ਨੂੰ ਆਪਣੇ ਜਾਨ ਬਚਾਉਣ ਦੀ ਇੱਕ ਪਰਿਵਾਰ ਹੁੰਦਾ ਮੁੱਖ ਮੰਤਰੀ ਦੀ, ਜਿਹੜੀ ਸਟੇਟ ਦਾ ਜਾਂ ਕੋਈ ਮੁੱਖ ਮੰਤਰੀ ਹੁੰਦਾ ਉਹ ਉਸ ਪਰਿਵਾਰ ਵਾਂਗ ਹੁੰਦਾ, ਪਰਿਵਾਰ ਦਾ ਮੁਖੀਆ ਹੁੰਦਾ। ਅਗਰ ਉਸ CM ਸਾਹਮਣੇ ਅਰਵਿੰਦ ਕੇਜਰੀਵਾਲ ਸਾਹਮਣੇ ਹੱਥ ਜੋੜੇ ਕੇਂਦਰ ਸਰਕਾਰ ਦੇ ਕਿ ਸਾਨੂੰ ਆਕਸੀਜਨ ਘੱਟ ਰਹੀ, ਆਕਸੀਜਨ ਦਿਓ, ਤਾਂ ਇਸ ਦੇ ਵਿੱਚ ਕੀ ਮਾੜਾ ਕਰਦਾ, ਕਿਹੜੀ ਰਾਜਨੀਤੀ ਤੁਸੀਂ ਕਰ ਰਹੇ? ਜੇ CM ਸਾਹਮਣੇ ਆਪਣੇ ਸੂਬੇ ਦੀ ਖਾਤਰ ਉਸ ਔਖੀ ਘੜੀ ਦੇ ਵਿੱਚ ਕੁਛ ਵੀ ਲੋੜ ਪਈ ਤਾਂ ਉਹਨਾਂ ਨੇ ਰਾਤ ਦਿਨ ਆਪਣੇ ਆਫਿਸ ਦੇ ਵਿੱਚ ਬੈਠ ਕੇ ਸਾਰਾ ਰਾਤ ਦਿਨ ਕੰਮ ਕੀਤਾ ਔਰ ਹਰ ਬਾਹਰ ਸੈਂਟਰ ਤੋਂ ਆਕਸੀਜਨ ਦੀ ਮੰਗ ਕੀਤੀ, ਇਹਦੇ ਚ ਕੋਈ ਗਲਤ ਨਹੀਂ ਕੀਤਾ। ਔਰ ਦੂਸਰੇ ਪਾਸੇ ਤੁਸੀਂ ਕਹਿੰਦੇ ਕਿ ਪੰਜਾਬ ਦੇ ਵਿੱਚ ਦਿੱਲੀ ਦੇ ਵਿੱਚੋਂ ਪੇਸ਼ੈਂਟਸ ਆਣੇ ਸ਼ੁਰੂ ਹੋ ਗਏ, ਇਹ ਵੀ ਇੱਕ ਨੋਟੀਫਿਕੇਸ਼ਨ ਦੇ ਮੰਗ ਚੈਲੰਜ ਕਰਦਾ ਤੁਹਾਨੂੰ, ਤੁਸੀਂ ਮੈਨੂੰ ਜ਼ਰੂਰ ਮੀਡੀਆ ਦੇ ਵਿੱਚ ਪੇਸ਼ ਕਰਿਓ ਜਾਂ ਲਾਈਵ ਹੋ ਕੇ ਦੱਸਿਓ। ਪੰਜਾਬ ਅਗਰ ਦਿੱਲੀ ਦੀ 2.25 ਕਰੋੜ ਆਬਾਦੀ ਹੈ, ਉੱਥੇ ਹਰ ਰੋਜ਼ 5,000-10,000 ਬੈੱਡਾਂ ਦਾ ਇੰਤਜ਼ਾਮ ਕੀਤਾ ਜਾ ਰਿਹਾ ਸੀਗਾ, ਆਕਸੀਜਨ ਕੰਸੈਂਟਰੇਟਰ ਐਂਡ ਆਕਸੀਮੀਟਰ ਘਰ ਘਰ ਪਹੁੰਚਾਏ ਜਾ ਰਹੇ ਸੀਗੇ। ਅਗਰ 2 ਜਾਂ 3 ਪੇਸ਼ੈਂਟ ਦਿੱਲੀ ਤੋਂ ਪੰਜਾਬ ਚ ਆਏ ਵੀ ਹੈ, ਅਸੀਂ ਮੰਨਦੇ ਹਾਂ ਕਿ ਆਏ ਹੋ ਸਕਦੇ, ਤਾਂ ਕਿੱਡੀ ਕੁ ਵੱਡੀ ਗੱਲ ਹੈ? ਇਸ ਤੋਂ ਵੱਡੀ ਗੱਲ ਦਾ ਜਵਾਬ ਤੁਸੀਂ ਦਿਓ। ਇੱਕ ਵੀ ਜਿਹੜਾ ਕੋਈ ਦਿੱਲੀ ਤੋਂ ਪੇਸ਼ੈਂਟ ਆਇਆ, ਅਗਰ ਕਿਸੇ ਪੰਜਾਬ ਦੇ ਸਰਕਾਰੀ ਹਸਪਤਾਲ ਦੇ ਵਿੱਚ ਉਸ ਬੰਦੇ ਦਾ ਇਲਾਜ ਕਰਵਾਇਆ ਹੋਵੇ ਤਾਂ ਉਹ ਡਾਟਾ ਵੀ ਤੁਸੀਂ ਮੀਡੀਆ ਦੇ ਵਿੱਚ ਜਾਂ ਫੇਸਬੁੱਕ ਹੋ ਕੇ ਉਹ ਡਾਟਾ ਸਾਨੂੰ ਦੇ ਦਿਓ, ਅਸੀਂ ਓਪਨ ਚੈਲੰਜ ਕਰਦੇ ਹਾਂ। ਇੱਕ ਵੀ ਪੇਸ਼ੈਂਟ ਸਰਕਾਰੀ ਹਸਪਤਾਲ ਪੰਜਾਬ ਦੇ ਵਿੱਚ ਨਹੀਂ ਆਇਆ। ਹਾਂ, 2-4 ਮਰੀਜ਼ ਆਇਆ ਉਹ ਪ੍ਰਾਈਵੇਟ ਹਸਪੀਟਲਾਂ ਦੇ ਵਿੱਚ ਆਏ, ਉਹਨਾਂ ਦਾ ਤੁਹਾਡੇ ਨਾਲ ਔਰ ਤੁਹਾਡੀ ਸਰਕਾਰ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਅਗਰ ਕੋਈ ਆਇਆ ਸਰਕਾਰੀ ਹਸਪੀਟਲ ਚ ਤਾਂ ਜ਼ਰੂਰ ਪਲੀਜ਼ ਉਹ ਡਾਟਾ ਲੋਕਾਂ ਦੇ ਸਾਹਮਣੇ ਔਰ ਮੀਡੀਆ ਦੇ ਵਿੱਚ ਪੇਸ਼ ਕਰਿਓ, ਨਹੀਂ ਤਾਂ ਫੇਰ ਮਾਫੀ ਮੰਗਿਓ ਝੂਠ ਬੋਲਣ ਦੀ। ਉਸ ਤੋਂ ਬਾਅਦ ਤੁਸੀਂ ਗੱਲ ਕੀਤੀ ਹੈਗੀ
हासिल है, ऑक्सीजन की गल होगी, कोविड की गल होगी, एजुकेशन की गल होगी, काले कानूना की गल होगी। हां जी, एक तुसी पुछया CAA और NCR, ढिलो साहब, अरविंद केजरीवाल साहब एक IRS ऑफिसर रहे हैं, पढ़े लिखे ने, सूझबान ने, एक वर्ल्ड लेवल की शख्सियत मान चुके ने। पहला ढिलो साहब, कुछ भी सवाल पूछने तो पहला जरूर स्टडी करया करो। NCR कुछ नहीं है, NCR कोई शब्द नहीं है, NRC है, नेशनल रजिस्ट्रेशन सर्टिफिकेट, ते CAA। सर उस दे बिच साडे लोक सभा मेंबर, राज सभा मेंबर, उन्हां दोनां ने उत्थे जिहड़ियां वोटां सी इन्हां कानूनां दे अंगेस्ट पईआं, तुसीं कढवा भी सकदे हो, तुसीं देख भी सकदे हो, उन्हां दा विरोध कीता। ते लास्ट बिच तुसीं पुछदे सी दंगियां बारे। बरिंदर सिंह ढिल्लो जी, दिल्ली सरकार दे कोल दिल्ली दी पुलिस नहीं है और दिल्ली सरकार दे कोल सिर्फ होमगार्ड ने। जड़े दिल्ली दे विच दंगे होए हैं वो BJP ने करवाए, हर बच्चे बच्चे नु पता, BJP नु जदों हार देखदी सी इलेक्शन दे विच, BJP ने एक सोची समझी साजिश दे तहत दिल्ली दे विच दंगे करवाए। और उहदे विच अरविंद केजरीवाल साहब दा की कसूर है, जिस सूबे दे कोल उत्थों दी पुलिस मुख्यमंत्री अंडर ना होवे, ओह पुलिस दे ओही पुलिस केड़ा मुख्यमंत्री, ओह दिल्ली दी पुलिस ने कई बार ਉਥੋਂ ਦੇ ਸਿਟਿੰਗ CM ਸਾਹਿਬ ਦੇ ਘਰ ਰੇਡ ਕੀਤੀ ਹੋਵੇ, ਘਰ ਦੇ ਵਿਚ ਕੈਦ ਕੀਤਾ ਹੋਵੇ, ਤੁਸੀਂ ਦੱਸ ਸਕਦੇ ਹੋ ਕਿ ਇਸ ਸਟੇਟ ਦੇ ਵਿਚ ਹੋ ਸਕਦਾ? ਉਲਟ ਪੰਜਾਬ ਦੇ ਵਿਚ ਪੰਜਾਬ ਦਾ DGP ਦੀ ਕੋਈ ਜ਼ਰੂਰਤ ਨਹੀਂ ਹੈ ਕਿ CM ਤੋਂ ਬਿਨਾਂ ਪੁੱਛੇ ਦੇ ਕੋਈ ਇੱਕ ਸਟੈਪ ਵੀ ਚੱਕ ਜੇ। ਇੱਕ ਛੋਟੇ ਜਿਹੇ ਸਿਪਾਹੀ ਤੋਂ ਲੈ ਕੇ DGP ਤੱਕ CM ਸਾਹਿਬ ਦੇ ਪੰਜਾਬ ਦੇ ਵਿਚ ਅੰਡਰ ਹੈ ਔਰ ਹਰ ਇੰਟੈਲੀਜੈਂਸ, ਵਿਜੀਲੈਂਸ, ਸਭ ਕੁਛ ਜੋ ਵੀ ਹੈ ਪੰਜਾਬ ਦੇ ਵਿਚ CM ਦੇ ਕੋਲ ਹੈ। ਪੰਜਾਬ ਦੇ ਵਿਚ ਸਾਰਾ ਕੰਟਰੋਲ ਹੋਣ ਦੇ ਬਾਅਦ ਕਿਆ ਪੰਜਾਬ ਦੇ ਵਿਚ ਮਾਈਨਿੰਗ ਮਾਫੀਆ, ਸੈਂਡ ਮਾਫੀਆ, ਟਰਾਂਸਪੋਰਟ ਮਾਫੀਆ, ਕੇਬਲ ਮਾਫੀਆ, ਗੈਂਗਸਟਰ ਕਿਆ ਖਤਮ ਕਰਤਾ? ਅੱਜ ਵੀ ਪੂਰਾ ਪੰਜਾਬ ਦੇ ਵਿਚ ਉਸੇ ਤਰ੍ਹਾਂ ਚੱਲਦਾ, ਜਦੋਂ ਕਿ ਪੰਜਾਬ ਦੇ CM ਕੋਲ ਸਭ ਕੁਛ ਨੇ, ਸਾਰੇ ਮਹਿਕਮੇ, ਹਰ ਪੁਲਿਸ, ਹਰ ਡਿਪਾਰਟਮੈਂਟ ਪੁਲਿਸ ਦੇ ਅੰਡਰ ਹੈ, ਸਾਰਾ ਅੰਡਰ ਹੈ CM ਦੇ ਸਾਹਿਬ ਦੇ। ਤੇ ਦਿੱਲੀ ਦੇ ਵਿਚ ਜਿਹੜੀ ਪੁਲਿਸ ਹੈ, ਹਰ ਇੱਕ ਨੂੰ ਪਤਾ, ਜੇ ਤੁਹਾਨੂੰ ਨਹੀਂ ਪਤਾ ਤਾਂ ਤੁਸੀਂ ਕਨਫਰਮ ਕਰ ਸਕਦੇ ਕਿ ਦਿੱਲੀ ਦੀ ਪੁਲਿਸ ਸੈਂਟਰ ਗਵਰਨਮੈਂਟ ਦੇ ਅੰਡਰ ਹੈ। ਸੋ ਉੱਥੇ ਦੰਗਿਆਂ ਦਾ ਹੋਣਾ ਜਾਂ ਕੋਈ ਕ੍ਰਾਈਮ ਦਾ ਵੀ ਹੋਣਾ, ਉਹ ਅਰਵਿੰਦ ਕੇਜਰੀਵਾਲ ਸਾਹਿਬ ਦੀ ਸਰਕਾਰ ਦੇ ਅੰਦਰ ਨਹੀਂ ਆਉਂਦਾ, ਉੱਥੋਂ ਦੀ ਪੁਲਿਸ ਨੇ ਦੇਖਣਾ ਹੁੰਦਾ, ਜੋ ਕਿ ਸਾਡੇ ਬਿਲਕੁਲ ਦਿੱਲੀ ਸਰਕਾਰ ਦੇ ਅੰਡਰ ਨਹੀਂ ਹੈ। ਸੋ ਫੇਰ ਵੀ ਕੋਈ ਕੋਈ ਕੁਐਸਚਨ ਦਾ ਜਵਾਬ ਰਹਿ ਗਿਆ ਹੋਵੇ ਤਾਂ ਮੈਂ ਦੇਣ ਨੂੰ ਤਿਆਰ ਹਾਂ। ਸੈਕਿੰਡ, ਢਿਲੋਂ ਸਾਹਿਬ, ਮੈਂ ਹੱਥ ਜੋੜ ਕੇ ਬੇਨਤੀ ਕਰਦਾ, ਅੱਗੇ ਤੋਂ ਪਲੀਜ਼ ਸੋਚ ਕੇ, ਸਮਝ ਕੇ, ਸਟੱਡੀ ਕਰਨ ਤੋਂ ਬਾਅਦ ਸਵਾਲ ਪੁੱਛਿਆ ਕਰੋ, ਸਵਾਲਾਂ ਦਾ ਕੋਈ ਮਤਲਬ ਹੋਵੇ। ਔਰ ਐਡੀ ਵੱਡੀ ਸ਼ਖਸੀਅਤ ਤੋਂ ਸਵਾਲ ਪੁੱਛਣੇ ਤਾਂ ਮੈਨੂੰ ਲੱਗਦਾ ਨਹੀਂ ਕਿ ਸਹੀ ਹੈ, ਕਿਉਂਕਿ ਕੱਦ ਦੇ ਹਿਸਾਬ ਨਾਲ ਹੀ ਹਰ ਚੀਜ਼ ਸਹੀ ਲੱਗਦੀ ਹੁੰਦੀ। ਸੋ ਮੈਂ ਵੀ ਰੋਪੜ ਦਾ ਆਮ ਆਦਮੀ ਪਾਰਟੀ ਦਾ ਲੀਡਰ ਹੋਣ ਦੇ ਨਾਤੇ ਤੁਹਾਨੂੰ ਜਵਾਬ ਦਿੱਤਾ, ਅਗਰ ਮੈਂ ਕਿਤੇ ਗਲਤ ਗਿਆ ਤਾਂ ਤੁਸੀਂ ਮੇਰੇ ਨਾਲ ਬੈਠ ਕੇ ਕਿਸੇ TV ਤੇ ਡਿਬੇਟ ਵੀ ਕਰ ਸਕਦੇ ਹੋ। ਅਗਰ ਕੋਈ ਇਹ ਚ ਕੋਈ ਗਲਤ ਲੱਗਿਆ ਜਾਂ ਤੁਹਾਨੂੰ ਕੁਝ ਲੱਗਿਆ ਕਿ ਹਰਪ੍ਰੀਤ ਕਾਲੋ ਕੋਈ ਝੂਠ ਬੋਲ ਰਿਹਾ ਤਾਂ ਤੁਸੀਂ ਮੈਨੂੰ ਜਦੋਂ ਮਰਜ਼ੀ ਜਨਤਾ ਦੇ ਵਿਚ ਪੁੱਛ ਕੇ, ਮੀਡੀਆ ਥਰੂ ਪੁੱਛ ਕੇ, ਲਾਈਵ ਹੋ ਕੇ ਪੁੱਛ ਸਕਦੇ ਹਾਂ। ਸੋ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।